ਬਟਾਲਾ ਦੇ ਇੱਕ ਨਜ਼ਦੀਕੀ ਪਿੰਡ 'ਚ ਇੱਕ ਪਿਓ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੇ ਹੋਏ ਆਪਣੀ ਮਤਰੇਈ ਧੀ ਨੂੰ ਹੀ ਹਵਸ਼ੀ ਦਾ ਸ਼ਿਕਾਰ ਬਣਾ ਲਿਆ। ਇੱਥੇ ਹੀ ਬਸ ਨਹੀਂ 13 ਸਾਲਾਂ ਨਾਬਾਲਿਗ ਮਤਰੇਈ ਧੀ ਨਾਲ ਜ਼ਬਰਜਨਾਹ ਕਰਦਿਆਂ ਉਸ ਨੂੰ 5 ਮਹੀਨਿਆਂ ਦੀ ਗਰਭਵਤੀ ਵੀ ਬਣਾ ਦਿੱਤਾ। ਪੀੜਤ ਲੜਕੀ ਦੇ ਮੁਤਾਬਿਕ ਉਸ ਦਾ ਪਿਓ ਉਸ ਨੂੰ ਧਮਕਾ ਕੇ ਬਾਰ ਬਾਰ ਉਸ ਨਾਲ ਜ਼ਬਰਜਨਾਹ ਕਰਦਾ ਰਿਹਾ। ਹੱਥ ਘੜੀਆਂ ਚ ਆਰੋਪੀ ਦਰਿੰਦਾ ਪਿਓ ਭਾਵੇਂ ਹੁਣ ਆਪਣੇ ਕੀਤੇ ਤੇ ਪਛਤਾਵੇ ਦੀ ਗੱਲ ਕਹਿ ਰਿਹਾ ਹੈ, ਪਰ ਇਸ ਦੀ ਗਲਤੀ ਕਤਈ ਮਾਫ ਕਰਨ ਯੋਗ ਨਹੀਂ ਹੈ। ਇਹ ਤਾਂ ਦੱਸਿਆ ਹੀ ਹੈ ਨਾ, 13-14 ਸਾਲ ਨਹੀਂ, ਗਲਤੀ ਹੋ ਗਈ, ਮੈਂ ਮਾਫ਼ੀ ਨਹੀਂ ਲਿਆ, ਮੈਂ ਗਲਤੀ ਮਾਫ਼ੀ ਮੰਗਦਾ ਹਾਂ, ਅੱਜ ਤੋਂ ਮੈਂ ਗਲਤੀ ਨਹੀਂ ਕਰੂੰਗਾ, ਕਿਤੇ ਵੀ ਨਹੀਂ ਕਰੂੰਗਾ ਮੈਂ ਸਜ਼ਾ। ਮੈਂ ਇਹੋ ਹੀ ਆ, ਮੈਨੂੰ ਦੋ ਚਪੇੜਾਂ ਮੰਨ ਲਓ ਇਹਦੇ ਬੜੀਆਂ ਵਾ, ਮੈਂ ਕਿਤੇ ਵੀ ਨਹੀਂ ਗਿਆ ਲੈ ਕੇ ਉਹਨੂੰ, ਪੈਸੇ ਨਹੀਂ ਮੇਰੇ ਕੋਲ, ਮੈਂ ਜਾਣ ਕਰਨਾ ਸੀ ਨਹੀਂ ਕੋਲ, ਮੇਰੇ ਕੋਲ ਕੋਈ ਬੰਦੇ ਕੋਲ ਪੈਸੇ ਲੈਣੇ ਨਹੀਂ ਮਿਲੇ। ਨਰਸਣਾ ਕੀਤੀ, ਉਹ ਮੰਨੀ ਨਹੀਂ, ਕਹਿੰਦੀ ਮੈਂ ਨਹੀਂ ਕਰਨਾ, ਜਨਾਨੀ ਲਿਆ ਨਾਲ ਕਾਦੀਆਂ ਦੀ ਰਹਿਣ ਵਾਲੀ, ਨਹੀਂ ਆਉਂਦੀ ਸੀ, ਮੈਂ ਮੰਨੀ ਨਹੀਂ, ਮੁੜ ਕੇ ਬਥੇਰਾ ਜ਼ੋਰ ਲਾਇਆ, ਬਥੇਰਾ ਜ਼ੋਰ ਲਾਇਆ, ਨਹੀਂ ਮੰਨੀ। ਦੂਜੇ ਪਾਸੇ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਬਾਲ ਸੁਰੱਖਿਆ ਤੇ ਵਿਕਾਸ ਵਿਭਾਗ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ। ਮਾਮਲਾ ਇਸ ਤਰ੍ਹਾਂ ਹੀ ਆ, ਇਹ ਕਹਿੰਦੀ ਵੀ ਮੇਰਾ ਪਿਓ ਮੇਰੇ ਨਾਲ ਜ਼ਬਰਦਸਤੀ ਕਰਦਾ ਰਿਹਾ ਵਾ, ਅਤੇ ਮੈਂ ਰੋਕਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਉਹ ਨਹੀਂ ਰੁਕਿਆ, ਜੇ ਮੈਂ ਆਂਢ ਗੁਆਂਢ ਦੱਸਦੀ ਹਾਂ ਅਤੇ ਮੇਰੀ ਕੋਈ ਵੀ ਗੱਲ ਦੀ ਸੁਣਵਾਈ ਨਹੀਂ ਸੀ ਕਰਦਾ, ਜਿਸ ਕਰਕੇ ਉਹ ਮੇਰੀ ਅਬੋਰਸ਼ਨ ਕਰਾਉਣਾ ਚਾਹੁੰਦਾ ਸੀ, ਪਰ ਇੰਨੇ ਚਿਰ ਨੂੰ ਕਿਸੇ ਤੋਂ ਪਤਾ ਲੱਗ ਗਿਆ, ਉਹਨਾਂ ਸਾਡੇ ਥਾਣੇ ਰਿਪੋਰਟ ਕਰ ਦਿੱਤੀ, ਜਿਹਦੇ ਵਿੱਚ ਜਾ ਕੇ ਪੁਲਿਸ ਨੇ ਫੌਰਨ ਇਸ ਨੂੰ ਲਿਆ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਹਦੇ ਪਿਤਾ ਜੀ ਆ, ਡੈਡੀ ਇਹਦੇ, ਹਾਂ ਸਕ ਡੈਡੀ, ਉਮਰ ਇਹਦੀ 12-13 ਸਾਲ, ਘਰਾਂ 'ਚ ਕੰਮ ਕੁੰਮ ਕਰਦੀ ਸੀ, ਜੱਟ ਫੈਮਿਲੀ ਨੂੰ ਬਿਲੋਂਗ ਕਰਦੀ ਹੈ। ਡਾਕਟਰ ਨੇ ਕਿਹਾ ਵੀ ਇਹਦਾ ਆਪਣਾ ਹੁਣ ਇਹਨੂੰ ਐਡਮਿਟ ਕਰਾ ਲਓ, ਐਡਮਿਟ ਤੋਂ ਬਾਅਦ ਜੋ ਵੀ ਇਹਦੀ ਸਕੈਨ ਵਗੈਰਾ ਹੁੰਦੀ ਹੈ ਅਤੇ ਉਹਦੇ ਵਿੱਚ 364 ਪਹਿਲਾ ਮੁਕੱਦਮਾ, ਮੁਕੱਦਮਾ ਨੰਬਰ 64 ਅਤੇ 376 IPC। ਹਾਂਜੀ, ਗ੍ਰਿਫਤਾਰੀ ਹੋ ਗਈ। ਹਾਂਜੀ, ਨਹੀਂ ਘਰ 'ਤੇ ਇਹਦੇ ਕੋਈ ਹੈ ਹੀ ਨਹੀਂਗਾ, ਕੋਈ ਨਹੀਂ ਇਹਦਾ ਘਰ ਹੈਗਾ, ਨਾ ਇਹਦੀ ਭੈਣ ਆ, ਨਾ ਕੋਈ ਭਰਾ ਦਾ, ਕੋਈ ਘਰ ਨਹੀਂ ਹੈਗਾ। ਅਤੇ ਵੇਖੋ ਇਹਦਾ ਜੋ ਵੀ ਇਲਾਜ ਹੁੰਦਾ ਵਾ, ਇਹਦਾ ਟ੍ਰੀਟਮੈਂਟ ਕੀ ਹੁੰਦਾ, ਕਿੰਨਾ ਟਾਈਮ ਆ, ਇਹਦੇ ਡਾਕਟਰ ਦੱਸਣਗੇ। ਇਸ ਇਲਾਜ ਤੋਂ ਬਾਅਦ ਇਹਨੂੰ ਛੱਡ ਦਿੱਤਾ ਜਾਏਗਾ? ਨਹੀਂ, ਛੱਡਿਆ ਨਹੀਂ ਜਾਏਗਾ, ਬਿਮਾਰੀ ਨਿਕੇਤਨ ਵਗੈਰਾ ਕੋਈ ਜਿਹੜੇ ਬਣੇ ਨੇ, ਸਸਤਾ ਬਣੀਆਂ ਨੇ ਇਹਨਾਂ ਬੱਚਿਆਂ ਵਾਸਤੇ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ। ਫਿਲਹਾਲ ਰਿਸ਼ਤਿਆਂ ਦਾ ਘਾਣ ਕਰਦਾ ਇਹ ਮਾਮਲਾ ਸਾਰੇ ਸਮਾਜ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਹੈ। ਲੋੜ ਹੈ ਅਜਿਹੇ ਦਰਿੰਦੇ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ, ਤਾਂ ਜੋ ਕੋਈ ਹੋਰ ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ 100 ਵਾਰ ਸੋਚੇ। ਬਟਾਲਾ ਤੋਂ ਰਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ।